ਪਟਵਾਰੀ ਸਾਹਿਬ ਚਾਰ ਠੀਕ ਹੈ ਚਾਰ ਚਾਰ ਵਜੇ ਦਾ ਕੀ ਪਤਾ ਹੋਇਆ ਜੀ ਦਰਸ਼ਨ ਬਲਦੇਵ ਸਿੰਘ ਲੈ ਕੇ ਆ ਮੈਨੂੰ ਹੱਕ ਮਾਰ ਕੇ ਤੂੰ ਤੇਰਾ ਉਹਦੇ ਵਿੱਚ ਚਾਰ ਪੰਜ ਬੰਦੇ ਆ ਇਹ ਨੀ ਮੈਂ ਇੱਕ ਦੇ ਬਿਆਨ ਲੈ ਲਊਗਾ ਮੈਂ ਸਾਰਾ ਦੇ ਬਿਆਨ ਲਊਂਗਾ ਤੁਸੀਂ ਆਉਂਦੇ ਨਾ ਬਿਹੇਵ ਕਰਦੇ ਆ ਬਿਨਾਂ ਗੱਲ ਕੇ ਮਸਾਂ ਮੇਰੇ ਭਰਾ ਜੀ ਇਹ ਵੀ ਮੈਂ ਨਾ ਆਪਣੇ ਦਫ਼ਤਰ ਦੇ ਵਿੱਚ ਕੰਮ ਕਰ ਰਿਹਾ ਸੀਗਾ ਕਿਉਂਕਿ ਤੁਹਾਨੂੰ ਪਤਾ ਲੱਗੇ ਪਿਛਲੇ ਦਿਨਾਂ ਵਿੱਚ ਨਾ ਭਾਰੀ ਬਾਰਿਸ਼ ਕਾਰਨ ਹੋਣ ਕਾਰਨ ਕਈ ਪਿੰਡਾਂ ਦੇ ਵਿੱਚ ਨਾ ਖਰਾਬਾ ਬਹੁਤ ਜ਼ਿਆਦਾ ਹੋ ਗਿਆ ਅਤੇ ਮੇਰੇ ਦੋ ਪਿੰਡਾਂ ਦੇ ਵਿੱਚ ਖਰਾਬਾ ਬਹੁਤ ਆ ਇੱਕ ਪਿੰਡ ਸੀਰੇ ਵਾਲੀ ਅਤੇ ਇੱਕ ਪਿੰਡ ਭੰਗੇ ਵਾਲਾ ਇਹਦੇ ਸੰਬੰਧ ਵਿੱਚ ਸਾਨੂੰ ਉਸ ਉੱਤੋਂ ਅਫਸਰਾਂ ਦੀ ਵੀ ਹਦਾਇਤ ਹੈ ਵੀ ਤੁਸੀਂ ਛੇਤੀ ਛੇਤੀ ਖਰਾਬਾ ਬਣਾ ਕੇ ਅਤੇ ਲੋਕਾਂ ਨੂੰ ਦਿਓ ਉਹਦੇ ਸੰਬੰਧ ਵਿੱਚ ਮੈਂ ਅੱਜ ਆਪਦਾ ਰਿਕਾਰਡ ਬਣਾ ਰਿਹਾ ਸੀਗਾ ਅਤੇ ਰਿਕਾਰਡ ਬਣਾਉਂਦੇ ਬਣਾਉਂਦੇ ਤਕਰੀਬਨ 3 ਵਜੇ ਮੇਰੇ ਕੋਲ ਰਾਜਾ ਸਿੰਘ ਪੁੱਤਰ ਅੰਗਰੇਜ਼ ਸਿੰਘ ਅਤੇ ਓਮ ਪ੍ਰਕਾਸ਼ ਪੁੱਤਰ ਉਰਫ ਬਾਦਲ ਪੁੱਤਰ ਮੰਗਾ ਸਿੰਘ ਵਾਸੀ ਤਾਮਕੋਟ ਮੇਰੇ ਪਾਸ ਆਏ ਉਹਨਾਂ ਨੇ ਮੈਨੂੰ ਕਿਹਾ ਵੀ ਆਹ ਇਸ ਤਰ੍ਹਾਂ ਅਸੀਂ ਇੱਕ ਗਰਦੌਰੀ ਬਣਾਉਣੀ ਆ ਪਹਿਲਾਂ ਤਾਂ ਮੈਂ ਉਹਨੂੰ ਮਿਹਨਤ ਕੀਤੀ ਵੀ ਸਾਡੇ ਕੋਲ ਕੰਮ ਵਾਲਾ ਵੀ ਜੇ ਤੁਸੀਂ ਹੋ ਸਕਦਾ ਤੁਸੀਂ ਸੋਮਵਾਰ ਨੂੰ ਮੇਰੇ ਕੋਲ ਆ ਜਾਓ ਲੇਕਿਨ ਉਹ ਨਹੀਂ ਮੰਨੇ ਉਹਨਾਂ ਦੇ ਕਹਿਣ 'ਤੇ ਮੈਂ ਕਿਹਾ ਵੀ ਚੱਲ ਮੈਂ ਥੋੜ੍ਹਾ ਰਿਕਾਰਡ ਵੇਖ ਲੈਣਾ ਤੁਹਾਡਾ ਮੈਂ ਰਿਕਾਰਡ ਅੱਗੇ ਵੀ ਵੇਖਿਆ ਤੁਸੀਂ ਅੱਗੇ ਮੇਰੇ ਕੋਲ ਆਏ ਹੋ ਪਰ ਮੈਨੂੰ ਰਿਕਾਰਡ ਬਾਰੇ ਪਤਾ ਵੀ ਉਹ 5 ਬੰਦਿਆਂ ਦੀ ਆਪਾਂ ਨਾ ਬਿਆਨ ਲੈ ਕੇ ਅਤੇ ਫਿਰ ਗਰਦੌਰੀ ਬਦਲਣੀ ਆ ਤੁਸੀਂ ਉਹ ਮੈਨੂੰ 1 ਬੰਦੇ ਤੋਂ ਬਿਆਨ ਦਵਾਉਂਦੇ ਸੀਗੇ ਲੇਕਿਨ ਫਿਰ ਵੀ ਮੈਂ ਉਹਨਾਂ ਨੂੰ ਜਦੋਂ ਮੈਂ ਖਰਾਬਾ ਦਿਆ ਆਹ ਰਿਕਾਰਡ ਵੇਖੋ ਜੀ ਜਦੋਂ ਮੈਂ ਉਹਨਾਂ ਨੂੰ ਵਿਖਾਉਣ ਲੱਗਾ ਵੀ ਆਹ ਤੁਹਾਡੀ ਖੇਡ ਵੇਖ ਲਓ ਇਹਦੇ ਵਿੱਚ ਤੁਸੀਂ 5 ਭਰਾਓ ਆਹ ਤੁਹਾਡਾ 1 ਬੰਦਾ ਬੈਠਾ ਦਰਸ਼ਨ ਸਿੰਘ ਲੇਕਿਨ ਜਦੋਂ ਮੈਂ ਇੰਨੀ ਗੱਲ ਕਹੀ ਤਾਂ ਉਹ ਕਹਿੰਦਾ ਯਾਰ ਐਂ ਕਿਵੇਂ ਹੋ ਸਕਦਾ ਵਾ ਇਹ ਤਾਂ ਇਕੱਲਾ ਦਰਸ਼ਨ ਸਿੰਘ ਦੇ ਨਾਂ 'ਤੇ ਆ ਇੱਥੋਂ ਸਾਡੀ ਗੱਲ ਚੱਲਦੀ ਚੱਲਦੀ ਮੈਂ ਕਿਹਾ ਨਹੀਂ ਯਾਰ ਮੈਂ ਇਹਦਾ ਕੰਮ ਨਹੀਂ ਕਰਦਾ ਮੈਂ 5 ਦੇ ਬਿਆਨ ਲਊਂਗਾ ਮੈਂ 1 ਬੰਦੇ ਦੇ ਬਿਆਨ ਲੈ ਕੇ ਗਦੋਰੀ ਨਹੀਂ ਬਣ ਸਕਦਾ ਕਾਨੂੰਨ ਦੇ ਮੁਤਾਬਕ ਲੇਕਿਨ ਉਹ ਨਹੀਂ ਮੰਨੇ ਮੰਨਦੇ ਮੰਨਦੇ ਵੀਡੀਓ ਦਿੱਤੀ ਗਈ ਹੈ ਜਿਹਦੇ ਤੁਸੀਂ ਗੁੱਸਣਾ ਬੋਲ ਵੇਖੋ ਜੀ ਗੁੱਸਣਾ ਹੁੰਦੇ ਵੀ ਜਦੋਂ ਮੈਂ ਉਹਨੂੰ ਕਿਹਾ ਵੀ ਇਹ 5 ਬੰਦੇ ਆ ਉਹ ਕਹਿੰਦੇ ਸਾਨੂੰ ਵਿਖਾਓ ਜਦੋਂ ਮੈਂ ਉਹਨੂੰ ਰਿਕਾਰਡ ਵਿਖਾਉਣ ਲੱਗਿਆ ਤਾਂ ਉਹਨੇ ਵਰਕਾ ਹੀ ਪਾਟਤਾ ਜੀ ਮੇਰਾ ਫਿਰ ਮੈਨੂੰ ਗੁੱਸਾ ਤਾਂ ਆਉਣਾ ਸੀਗਾ ਮੈਂ ਗੁੱਸੇ ਵਿੱਚ ਨੂੰ ਬੋਲਿਆ ਵੀ ਆਹ ਗੱਲ ਆ ਭਰਾਵਾ ਤੁਸੀਂ ਆ ਸਾਡੇ ਵਰਕੇ ਆਹ ਵੇਖੋ ਆਹ ਪਾਟਤਾ ਇੱਧਰੋਂ ਮੇਰਾ ਜਿਹੜਾ ਰੋਲ ਨਾਲ ਸੀ ਮੈਂ ਬੈਠਾ ਕੰਮ ਕਰਦਾ ਸੀ ਮੇਰੇ ਉਹ ਵਰਕੇ ਪਾਟਦੇ ਜੀ ਇੱਧਰੋਂ ਮੈਂ ਇੰਤਕਾਲ ਦਰਜ ਕਰ ਰਿਹਾ ਸੀ ਨਾਲ ਮੇਰੇ ਮੁੰਡਾ ਬੈਠਾ ਸੀ ਆਹ ਵਰਕੇ ਮੇਰੇ ਪਾਟਦੇ ਜੀ ਦੱਸੋ ਆਹ ਵਰਕੇ ਮੇਰੇ ਪਾਟਦੇ ਤੁਸੀਂ ਇਹ 'ਚ ਹੁਣ ਮੇਰਾ ਕੀ ਕਸੂਰ ਆ ਮੈਨੂੰ ਹੱਥ ਬੰਨ ਕੇ ਬੇਨਤੀ ਕੀਤੀ ਆ ਵੀ ਕੋਈ ਨਹੀਂ ਭਾਈ ਤੁਸੀਂ ਸੋਮਵਾਰ ਨੂੰ ਆ ਜਾਇਓ ਮੈਂ ਤੁਹਾਡਾ ਸੋਮਵਾਰ ਨੂੰ ਰਿਕਾਰਡ ਵੇਖ ਕੇ ਜੋ ਵੀ ਕੰਮ ਹੈ ਮੈਂ ਦੱਸ ਦੂੰਗਾ ਨਾ ਜੀ ਸਾਲ ਤੋਂ ਨਹੀਂ ਮੇਰੇ ਕੋਲ ਤਾਂ ਸਿਰਫ ਆਹੀ 10-15 ਦਿਨ ਤੋਂ ਆਉਣ ਲੱਗਿਆ ਸਾਲ ਤਾਂ ਮੈਨੂੰ ਪਹਿਲੀ ਗੱਲ ਤਾਂ ਉੱਥੇ ਲੱਗੇ ਨਹੀਂ ਹੋਇਆ ਮੈਨੂੰ ਲੱਗੇ ਨਹੀਂ ਉੱਥੇ ਸਾਰੇ ਮੈਂ ਜੁਲਾਈ ਅਗਸਤ ਵਿੱਚ ਆਇਆ ਅਤੇ ਮੈਨੂੰ ਸਾਲ ਲੱਗੇ ਨੂੰ ਕਿੱਥੇ ਹੋ ਗਿਆ ਸਾਲ ਤਾਂ ਮੈਨੂੰ ਲੱਗੇ ਵੀ ਨਹੀਂ ਹੋਇਆ ਇਹ ਤਾਂ ਮੇਰੇ ਕੋਲ ਕੋਈ 10 ਦਿਨ ਹੋਏ ਹੋਣਗੇ ਉਦੋਂ ਆਏ ਸੀ ਮੇਰੇ ਕੋਲ ਉਦੋਂ ਮੇਰਾ ਇੱਕੋ ਜਵਾਬ ਸੀ ਵੀ ਇਹਨਾਂ ਆਹ ਮਾਲਕਾਂ ਨੂੰ ਲਿਆ ਜਦੋਂ ਮਰਜ਼ੀ ਲਿਆ ਮੈਂ ਅੱਜ ਤੁਹਾਡੀ ਗਦੋਰੀ ਬਲ ਦੂੰਗਾ ਵੀ ਮੈਂ ਇੰਨਾ ਵੀ ਕਹਿੰਦਾ ਵੀ ਜੇ ਇਹ ਮਾਲਕ ਨਹੀਂ ਆ ਸਕਦੇ ਮੈਂ ਪਿੰਡ ਆ ਕੇ ਵੀ ਦਸਤ ਕਰਾ ਦੂੰਗਾ ਪਰ ਮੈਂ ਲਊਂਗਾ 5 ਬੰਦਿਆਂ ਦੇ ਬਿਆਨ ਇਹ ਮੇਰੇ ਕੋਲ 1 ਬੰਦੇ ਦੇ ਬਿਆਨ ਕਰਾਉਂਦਾ ਜੀ ਮੈਂ ਇਹੀ ਗੱਲ ਸੀ ਮੇਰਾ ਹੋਰ ਉਹਨਾਂ ਨਾਲ ਕੋਈ ਮੇਰੀ ਲੜਾਈ ਨਹੀਂ ਕੋਈ ਪੜ੍ਹਾਈ ਨਹੀਂ ਆਹ ਚੀਜ਼ ਆ ਜੀ ਮੇਰਾ ਨਾਂ ਰਾਜਾ ਸਿੰਘ ਸਾਨੂੰ ਅੰਗਰੇਜ਼ ਸਿੰਘ ਪਿੰਡ ਤਾਮਕੋਟ ਜੋ 2019-20 ਦਾ 4 ਸਾਲਾ ਬਣਿਆ ਸੀ ਉਹ 4 ਸਾਲੇ ਵਿੱਚ ਕੁਝ ਗਲਤੀਆਂ ਪਾਈਆਂ ਗਈਆਂ ਜਿਹਦੇ ਵਿੱਚ ਗਦੌਰੀਆਂ ਸੀ ਮੇਰੇ ਡੈਡੀ ਦੇ 4 ਭਾਈ ਸੀਗੇ ਉਹਨਾਂ ਨੇ ਕਬਜ਼ੇ ਮੁਤਾਬਕ ਗਦੌਰੀਆਂ ਕਰਾ ਲਈਆਂ ਜੀ ਪਹਿਲਾਂ ਉਹ ਕਬਜ਼ੇ ਮੁਤਾਬਕ ਜਦੋਂ ਹੁਣ ਨਵਾਂ 4 ਸਾਲਾ ਬਣਿਆ 4 ਸਾਲੇ ਦੇ ਵਿੱਚ ਗਦੌਰੀਆਂ ਜੋ ਚੜ੍ਹ ਕੇ ਆਈਆਂ ਤਾਂ ਉਹ ਗਦੌਰੀਆਂ ਜਿਹੜੀਆਂ ਇਹਨਾਂ ਨੇ ਉਲਟ ਫੁਲਟ ਕਰਤੀਆਂ ਇੱਕ ਗਦੌਰੀ ਦੇ ਵਿੱਚ ਗੈਰ ਮਸੂਰੀ ਸ਼ਬਦ ਲਿਖਤਾ ਦਿੱਤਾ ਜਿਹਦੇ ਵਿੱਚ ਕਹਿਣ ਦਾ ਭਾਵ ਕੀ ਹੈ ਵੀ ਉਹ ਗਦੌਰੀ ਦਾ ਮਾਲਕ ਹੀ ਨਹੀਂ ਗਾ ਫਿਰ ਇਹਨਾਂ ਨੇ ਜਿਹੜਾ 4 ਸਾਲਾ 4 ਸਾਲੇ ਦੇ ਵਿੱਚ ਮੁਰੱਬਾ ਨੰਬਰ ਜਿਹੜਾ ਉਹ ਗਲਤ ਪਾਤਾ ਜੀ ਤੋ ਮੁਰੱਬਾ ਨੰਬਰ ਗਲਤ ਕਰਵਾਇਆ ਅਸੀਂ
कारण पटवारी भी मिले जिसने पहला चार साल बनाया सी तां उहने इह कहा भी इह सुरेश कुमार पटवारी जिहड़ा मौजूदा हुण है वह एसी की करप्शन करेगा वह सही करेगा तुसीं जाके उसनूं मिलो। तो असीं इहनूं मैनूं एक साल हो गया इहदे कोले गेड़े लाउंदिआं नूं जिहड़े मेरे वार वार पहला मैनूं कहिंदा अक्तूबर दे विच आओ जे मैं अक्तूबर दे विच बंदे लैके आया कहिंदा हुण टाइम लंघ गया तुसीं मार्च विच आयो जे फिर मैं फिर उन्हें यह भी मैंने पटवारी साहब ने कहा भी तू दर्शन सिंह के नाम गदौरी तेरी 18 मरलें टुट के चढ़ी है तू दर्शन सिंह तो बयान दवा दे जे मैं दर्शन सिंह जो मेरा ताया है वह सहमत है वह जो ये को बयान देने वास्ते आया तो यह साढ़े गल पै गया तो उदों भी सानू इन्हें कहिंदा मुड़ के कहिंदा यह बलदेव देना है ये साढ़े वार वार पैसे साथों मंग रहा है असी पैसे दे नहीं रहे इनू ये सानू खज्जल खराब कर रहा है जिदे कारण अज जो अभी दोबारा फिर ये को दोबारा सही कराने वास्ते आए गल कर आए तो यह साढ़े गल पै गया घटना की हुई असी सही करा आए तो यह उल्टा सानू गलत बात बोलिया जिदी असी मौके पर जितों जिनी क यदि वीडियो बनी है वह मैं वीडियो की कवर कर ली है तो जो उल्टा यह कह रहा जी ये भी मैं थोड़ा काम करना ही नहीं गा जिते मर्जी जा उड़ो मैं थोड़ा काम ही नहीं करना गा जो मैं जो तुम मेरा कोई करना है कोई मर्जी कुछ कर लो तो मैं इस चीज़ के मैं थोड़ा डरदा नहीं गा मैं किसी महकमे तो नहीं डरदा किसी तो नहीं डरदा गा तो यहाँ रिकॉर्डिंग भी सारी हैगी है ये उल्टा सानू जी अलमारी के कापा रखे होने वो कापा क्ढन लग्या पर मेथों मौके पर जी वीडियो नहीं बनी वह मुंडा गोविंद है जरा वो करंदा वे अगे आ गया इस करके ये बंदा जरा बहुत सारे धक्केशाही कर रहा है ये पटवारी है जी मौके का जी ਤਾਮਕੋਟ ਨਰੇਸ਼ ਕੁਮਾਰ ਕੀ ਲੱਗਦਾ ਕਿ ਅਫਸਰਾਂ ਦਾ ਇਹ ਰਵੱਈਆ ਕਿਉਂ ਸਰਕਾਰ ਕਹਿ ਰਹੀ ਹੈ ਵੀ ਨਹੀਂ ਸਰਕਾਰ ਆਪ ਜਗ੍ਹਾ ਸਹੀ ਹੈ ਜੀ ਸਰਕਾਰ ਕਹਿ ਰਹੀ ਹੈ ਵੀ ਇਹੋ ਜਿਹੇ ਬੰਦੇ ਜਿਹੜੇ ਗਲਤ ਕੰਮ ਕਰਦੇ ਆ ਸਾਨੂੰ ਮੌਕੇ ਦੱਸਿਆ ਜਾਵੇ ਮੈਂ ਭਗਵੰਤ ਮਾਨ ਸਿੰਘ ਨੂੰ ਮੁੱਖ ਮੰਤਰੀ ਇਹ ਅਪੀਲ ਕਰਦਾ ਵੀ ਇਹੋ ਜਿਹੇ ਬੰਦੇ 'ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਸਾਡੇ ਪੰਜਾਬ ਦੇ ਵਿੱਚ ਇੰਨੇ ਭ੍ਰਿਸ਼ਟਾਚਾਰ ਵਧੇ ਆ ਉਹ ਖਤਮ ਹੋ ਜਾਣ ਇਹਨਾਂ ਲੋਕਾਂ ਨੂੰ ਜਿਹੜਾ ਇਹ ਨੱਥ ਪੈਣੀ ਚਾਹੀਦੀ ਹੈ।